ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਮੇਰੇ ਚੈਨਲ 'ਤੇ ਸਵਾਗਤ ਆ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕਰਨ ਆਲੂ ਦਾ ਨਮਕੀਨ। ਸਿਰਫ 10 ਰੁਪਿਆਂ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ। ਅਤੇ ਚਲੋ ਫਿਰ ਆਪਾਂ ਚੱਲਦੇ ਹਾਂ ਇੰਗਰੀਡੀਐਂਟ ਵੱਲ। ਆਪਾਂ ਨੇ 3 ਆਲੂ ਜਿਹੜੇ ਸੀਗੇ ਉਹ ਕੱਦੂਕਸ ਕਰ ਲਏ। ਉਹਨੂੰ ਆਪਾਂ ਪਾਣੀ ਦੇ ਵਿੱਚ ਭਿਉਂ ਦਾਂਗੇ ਅਤੇ ਭਿਉਣ ਤੋਂ ਬਾਅਦ 2-3 ਮਿੰਟਾਂ ਬਾਅਦ 'ਚ ਇਹ ਪਾਣੀ ਨੂੰ ਜਿਹੜਾ ਕੱਢ ਲਾਂਗੇ, ਵੱਕ ਕਰ ਲਾਂਗੇ ਇਸ ਤਰ੍ਹਾਂ। ਇਸ ਤਰ੍ਹਾਂ ਆਪਾਂ ਇਹਨੂੰ ਇੱਦਾਂ ਰੱਖ ਦਾਂਗੇ ਤਾਂ ਕਿ ਜਿਹੜਾ ਪਾਣੀ ਆ ਉਹ ਆਲੂਆਂ ਦੇ ਵਿੱਚ ਵੱਖ ਹੋ ਜੂਗਾ, ਨਿਚੜ ਜੂਗਾ। ਅਤੇ ਫਿਰ ਇਸ ਤੋਂ ਬਾਅਦ ਅਗਲਾ ਪ੍ਰੋਸੀਜਰ ਕਰਾਂਗੇ। ਹੁਣ ਜਿਹੜਾ ਪਾਣੀ ਆ ਦੂਸਰਾ ਹੋਰ ਉਹ ਵੀ ਸੋਖ ਲਏ ਅਤੇ ਵੀ ਜ਼ਿਆਦਾ ਪਾਣੀ ਨਾ ਰਹੇ, ਇਹਦੇ ਲਈ ਆਪਾਂ ਇਹਨੂੰ ਇੱਦਾਂ ਖਿਲਾਰ ਦਾਂਗੇ। ਠੀਕ ਹੈ, ਵਸਾ ਦਾਂਗੇ ਉੱਪਰ ਦੀ, ਚਲਾ ਦਾਂਗੇ ਆਪਾਂ ਪੰਖਾ ਤਾਂ ਜਿਹੜਾ ਇਹਦਾ ਐਕਸਟਰਾ ਹੋਰ ਮਤਲਬ ਹੈ ਪਾਣੀ ਉਹ ਸੁੱਕ ਜੂਗਾ। ਠੀਕ ਹੈ, ਇਹਨੂੰ 10 ਤੋਂ 15 ਮਿੰਟ ਇੱਦਾਂ ਹੀ ਪਏ ਰਹਿਣ ਦਾਂਗੇ ਅਤੇ ਜਿਹੜਾ ਪੋਣਾ ਇਹ ਸੋਖ ਲੂਗਾ, ਇਹਦਾ ਜਿਹੜਾ ਪਾਣੀ ਹੋਊਗਾ ਐਕਸਟਰਾ, ਅਤੇ ਇਹ ਡਰਾਈ ਹੋ ਜਾਣਗੇ। ਦੇਖ ਸਕਦੇ ਹੋ ਇੱਥੇ ਆਪਣਾ ਨਮਕੀਨ ਹੈ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ। ਕੱਢ ਲਾਂਗੇ ਆਪਾਂ ਇਹਨੂੰ ਇਸ ਤਰ੍ਹਾਂ। ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਮੂੰਗਫਲੀ, ਇਹਦੇ ਵਿੱਚ ਆਪਾਂ ਪਾਵਾਂਗੇ ਮੂੰਗਫਲੀ। ਮੂੰਗਫਲੀ ਨੂੰ ਆਪਾਂ ਤਲ ਲਾਂਗੇ।
ਹੁਣ ਹੋ ਗਿਆ ਠੰਡਾ ਤੇ ਤੇਜ ਪੱਤਾ ਸੋਰੀ ਕੜੀ ਪੱਤਾ ਜਿਹੜਾ ਉਹਨੂੰ ਆਪਾਂ ਇੱਦਾਂ ਅਲੱਗ ਕਰ ਲਾਂਗੇ ਡੰਡੀਆਂ ਦੇ ਨਾਲੋਂ। ਅਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਕਾਲਾ ਨਮਕ ਅਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਬਲੈਕ ਪੈਪਰ ਕਾਲੀ ਮਿਰਚ ਅਤੇ ਹੁਣ ਆਪਾਂ ਪਾਵਾਂਗੇ ਓਰੀਗੈਨੋ ਓਰੀਗੈਨੋ ਹੁਣ ਆਪਾਂ ਇਹਨੂੰ ਕਰ ਦਿੰਦੇ ਲਾਵਾਂਗੇ ਗਰਮ ਜੀ ਅਤੇ ਥੋੜ੍ਹੀ ਜਿਹੀ ਆਪਾਂ ਲਾਲ ਮਿਰਚ ਅਤੇ ਨਮਕ ਵੀ ਪਾਵਾਂਗੇ ਵਾਈਟ ਅੱਧਾ ਚਮਚ ਆਪਾਂ ਚਿੱਟੇ ਲੂਣ ਦਾ ਪਾਵਾਂਗੇ ਅਤੇ ਥੋੜ੍ਹੀ ਆਪਾਂ ਲਾਲ ਮਿਰਚ ਪਾਵਾਂਗੇ ਥੋੜ੍ਹੀ ਚੁਆਇਸ ਆ ਤੁਸੀਂ ਪਾ ਸਕਦੇ ਹੋ ਨਹੀਂ ਵੀ ਪਾ ਸਕਦੇ ਅਤੇ ਹੁਣ ਜਿਹੜਾ ਆਪਣਾ ਨਮਕੀਨ ਹੋ ਗਿਆ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਹੋ ਅਤੇ ਹੁਣ ਤੁਸੀਂ ਇਹਨੂੰ ਸਰਵ ਵੀ ਕਰ ਸਕਦੇ ਹੋ ਕਿਵੇਂ ਵੀ ਖੱਟਾ ਬਹੁਤ ਵਧੀਆ ਬਣ ਕੇ ਹੋ ਚੁੱਕੀ ਹੈ ਤਿਆਰ ਅਤੇ ਟਰਾਈ ਕਰਕੇ ਜ਼ਰੂਰ ਦੇਖਿਓ ਇਹ ਜਿਹੜਾ ਆਪਾਂ ਬਾਹਰ ਪੈਕਿੰਗ ਵਾਲਾ ਲੈਂਦੇ ਹਾਂ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਹੋਇਆ ਹੁੰਦਾ ਅਤੇ ਇਹ ਆਪਾਂ ਜਿਹੜਾ ਘਰ ਬਣਾਇਆ ਆਪਾਂ ਨੂੰ ਪਤਾ ਵੀ ਸਾਫ਼ ਸੁਥਰੇ ਆਲੂ ਨੇ ਠੀਕ ਆ ਅਤੇ ਆਪਾਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਬੱਚਿਆਂ ਦੇ ਲਈ ਇਹ ਚੀਜ਼ ਬਹੁਤ ਹੀ ਵਧੀਆ ਅਤੇ ਇੰਨਾ ਖਾਸ ਟਾਈਮ ਵੀ ਨਹੀਂ ਲੱਗਦਾ ਥੋੜ੍ਹੇ ਟਾਈਮ 'ਚ ਬਣ ਕੇ ਹੋ ਜਾਂਦਾ ਤਿਆਰ ਅਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।